ਅੱਛਾ ਤਾਂ ਹੁਣ ਤਾਂ ਕੋਈ ਕਿਤਾਬ ਚੜ੍ਹ ਕੇ ਕੁਰਾਨ ਨਹੀਂ ਪੜ੍ਹਦਾ ਜੋ ਹੋਰ ਕਣਕ ਸੁਣਨੀ ਆ ਅੱਛਾ ਹੁਣ ਤਾਂ ਕਦੇ ਕਦੇ ਦੱਸ ਵੀ ਕੋਈ ਪੜ੍ਹਦਾ ਸੁਣਿਆ ਹੋਵੇ ਨਹੀਂ ਜਦੋਂ ਪੜ੍ਹੇ ਸੀ ਉਹ ਕਿਤਾਬ ਪੜ੍ਹਦੇ ਸੀ ਸਾਰਾ ਪਿੰਡ ਇਕੱਠਾ ਹੋ ਕੇ ਸੁਣਦੇ ਸੀ ਕੀ ਇਹ ਜੋ ਕਿਤਾਬ ਆ ਅੱਛਾ ਉਹ ਜਿਹੜੀ ਮਾਨਾ ਤੂੰ ਪੜ੍ਹਿਆ ਨਾ ਹਾਂ ਤਾਂ ਆਖਣਾ ਵੀ ਫਲਾਣਾ ਬੰਦਾ ਆ ਉਹ ਹੀਰ ਬੜੀ ਵਧੀਆ ਪੜ੍ਹਦਾ ਵਾ ਅੱਛਾ ਫਿਰ ਉਹ ਬੜਾ ਜਨਮ ਜਾ ਕੇ ਸਾਰੀ ਰਾਤ ਹੀ ਉਹ ਪੜ੍ਹਦੇ ਰਹਿਣਾ ਅਤੇ ਆਪ ਪਿੰਡ ਵਾਲਿਆਂ ਸੁਣਦੇ ਰਹਿਣਾ ਅੱਛਾ ਤਾਂ ਹੁਣ ਤਾਂ ਕੋਈ ਕਦੇ ਵੀ ਵੇਖਿਆ ਵੀ ਨਹੀਂ ਸੁਣਿਆ ਵੀ ਨਹੀਂ ਹੁਣ ਤਾਂ ਹੀਰ ਹੂਰ ਲੋਕਾਂ ਨੂੰ ਉਹੀ ਨਹੀਂ ਪਤਾ ਵੀ ਇਹ ਕਿੱਥੇ ਆਇਆ ਜਾਂ ਇਹਦਾ ਪੜ੍ਹਨ ਦਾ ਫਾਇਦਾ ਕੀ ਆ ਹੋਰ ਕੁਝ ਵੀ ਨਹੀਂ ਬਿਲਕੁਲ ਉਸੇ ਤਰ੍ਹਾਂ ਅੰਨਿਆਂ ਦੇ ਅੰਨੇ ਹੀ ਆ ਅੱਛਾ ਕੁਝ ਵੀ ਨਹੀਂ ਹਾਂ ਰਸੂਲਪੁਰੀਆ ਦੀਨਾ ਹੀ ਦੀਨਾ ਅੱਛਾ ਉਹ ਸਪੀਰ ਦਾ ਪਿਓ ਅੱਛਾ ਉਹ ਪੜ੍ਹਿਆ ਸੀ ਤੇ ਪੜ੍ਹਦਾ ਉਹ ਹੀਰ ਵੀ ਪੜ੍ਹਦਾ ਸੀ ਤੇ ਗੁਲਾਮ ਰਸੂਲ ਦੀ ਵੀ ਕਿਤਾਬ ਪੜ੍ਹਦਾ ਸੀ ਅੱਛਾ ਤੇ ਜਦੋਂ ਜਦੋਂ ਕਦੇ ਉਹ ਮਹੀਨਾ ਪਿੱਛੋਂ ਜਾਂ ਦੋ ਮਹੀਨੇ ਆਇਆ ਨਾ ਤਾਂ ਪਤਾ ਲੱਗਣਾ ਵੀ ਦੀਨਾ ਰਸੂਲਪੁਰੀਆ ਆਇਆ ਵਾ ਅੱਛਾ ਯਾਰ ਕਿਤਾਬ ਉਹਦੇ ਕੋਲ ਸੁਣਨੀ ਆ ਅੱਛਾ ਉਹਨੇ ਮੁੜ ਕੇ ਅਸਾਂ ਡਾ ਪਾਉਣਾ ਸਾਰੀ ਰਾਤ ਪੜ੍ਹਦੇ ਰਹਿਣਾ ਤੇ ਲੋਕਾਂ ਸੁਣਦੇ ਰਹਿਣਾ ਅੱਛਾ ਅੱਧਿਆਂ ਨਾਲ ਸੁਣਨਾ ਅੱਧਿਆਂ ਨਾਲ ਰੋਣ ਤੇ ਧਿਆਨ ਰੱਖਣਾ ਵਾ ਕਿਉਂ ਰੋਣਾ ਗੱਲ ਤੇ ਅੰਨੂ ਕਹਾਣੀ ਅੱਛਾ ਤੇ ਮੁੜ ਕੇ ਉਹਦੇ ਤੇ ਅਮਲ ਤਾਂ ਕਰਨਾ ਹੀ ਨਹੀਂ ਹਾਂ ਮੈਂ ਲੋਕਾਂ ਨੂੰ ਸੁਣਾਉਣਾ ਵਾ ਹਾਂ ਤੁਸੀਂ ਪੜ੍ਹ ਲੈਂਦਾ ਹੈ ਤੁਸੀਂ ਪੜ੍ਹ ਲੈਂਦਾ ਸੀ ਕੌਣ ਤੂੰ ਮੈਂ ਤਾਂ ਮੈਂ ਪੜ੍ਹਿਆ ਅੱਛਾ ਮੈਂ ਤਾਂ ਅਲਫ ਬੇ ਨਹੀਂ ਜਾਣਦਾ ਮੈਂ ਪੜ੍ਹਨੀ ਕਿੱਥੋਂ ਸੀ